ਉਹਨਾਂ ਦਾ ਸਭੀ ਇੱਕ ਬੰਦਾ ਹੈ ਹੂੰ ਉਹਦੇ ਕੋਲ ਇੱਕ ਹੈਗੀ ਮੱਝ ਅੱਛਾ ਇੱਕ ਉਹਦੇ ਕੋਲ ਹੈਗੀ ਪੰਡ ਪੱਠਿਆਂ ਦੀ ਹੂੰ ਇੱਕ ਉਹਦੇ ਕੋਲ ਹੈ ਸ਼ੇਰ ਠੀਕ ਹੈ ਆ ਹੁਣ ਮੰਨ ਲਾ ਜਿਵੇਂ ਖੜਾ ਨਾ ਉਹ ਖੜਾ ਇਧਰਲੇ ਪਾਸੇ ਖਾੜੇ ਤੋਂ ਪਾਰ ਠੀਕ ਹੈ ਆ ਵਿਚਾਲੇ ਹੋ ਗਿਆ ਦਰਿਆ ਠੀਕ ਹੈ ਇਧਰੋਂ ਨੇ ਜਾਣਾ ਪਾਰ ਠੀਕ ਹੈ ਕਿਸ਼ਤੀ ਉਹਦੇ ਕੋਲ ਖੜੀ ਆ ਜਰ ਹਾਂ ਉਹ ਇੱਕ ਵਾਰ ਚ ਇੱਕ ਚੀਜ਼ ਹੀ ਲਿਜਾ ਸਕਦਾ ਹੈ ਇੱਕ ਚੀਜ਼ ਹੀ ਵਾਪਸ ਲਿਆ ਸਕਦਾ ਉਹਨੇ ਤਿੰਨੇ ਚੀਜ਼ਾਂ ਨੂੰ ਵਾਰੀ ਵਾਰੀ ਪਾਰ ਟਪਾਉਣਾ ਦਰਿਆ ਤੋਂ ਕਿਸ਼ਤੀ ਤੇ 10 ਵੀ ਉਹ ਤਿੰਨ ਚੀਜ਼ਾਂ ਨੂੰ ਕਿਵੇਂ ਪਾਰਟ ਪਾਊਗਾ ਇੱਕ ਵਾਰ ਚ ਇੱਕ ਚੀਜ਼ ਲੈ ਜਾ ਸਕਦਾ ਇੱਕ ਹੀ ਵਾਪਸ ਲੈ ਆ ਸਕਦਾ ਮਤਲਬ ਤਿੰਨ ਚੀਜ਼ਾਂ ਉਹਦੀਆਂ ਉਧਰ ਖੜੀਆਂ ਆਈਆਂ ਪਈਆਂ ਆਈਆਂ ਹਾਂ ਤੇ ਆਪ ਵੀ ਉਧਰ ਗੜਾ ਤੇ ਕਿਸਤੇ ਵੀ ਉਧਰ ਆ ਹਾਂ ਠੀਕ ਹੈ ਉਹ ਮਤਲਬ ਇੱਕ ਹੋ ਗਈ ਪੰਡ ਪੱਠਿਆਂ ਦੀ ਹਾਂ ਇੱਕ ਸ਼ੇਅਰ ਹੋ ਗਿਆ ਇੱਕ ਮੱਝ ਹੋ ਗਈ ਇੱਕ ਮੱਝ ਹੋ ਗਈ ਹਾਂ ਉਹਨੂੰ ਮਤਲਬ ਇੱਕ ਵਾਰੀ ਦੇ ਵਿੱਚ ਇੱਕ ਹੀ ਇੱਕ ਚੀਜ਼ ਆ ਸਕਦੀ ਹੈ ਹਾਂ ਆ ਵੀ ਸਕਦੀ ਹੈ ਇੱਕ ਜਾ ਵੀ ਸਕਦੀ ਹੈ ਅੱਛਾ ਤੇ ਤਿੰਨੇ ਜਣੇ ਵਾਰੀ ਵਾਰੀ ਲਿਆਉਣੀਆਂ ਨੇ ਇੱਥੇ ਵੀ ਬਿਨਾਂ ਨੁਕਸਾਨ ਤੋਂ ਤੇ ਦੱਸ ਫਿਰ ਕਿਹਨੂੰ ਲੈ ਕੇ ਆਊਗਾ ਪਹਿਲਾਂ ਕਿਹਨੂੰ ਲਿਆਊ ਕਿਵੇਂ ਲਿਆਊ ਇਹ ਸਾਰੀ ਗੱਲ ਦੱਸ ਪਹਿਲੀ ਗੱਲ ਇਹ ਆ ਜਦੋਂ ਉਹਦੇ ਕੋਲ ਚੀਜ਼ ਹੀ ਉਧਰ ਕੀ ਪਤਾ ਉਹ ਉਹਨੇ ਆਉਣਾ ਹੀ ਨਾ ਹੋਵੇ ਇੱਧਰ ਨਹੀਂ ਨਹੀਂ ਆਉਣਾ ਹੈ ਗੈਣਾ ਆ ਮੈਂ ਘਰ ਇੱਧਰ ਏ ਉਹਨੇ ਆਉਣਾ ਇੱਧਰ ਹੀ ਏ ਇਹ ਨਹੀਂ ਵੀ ਇਸ ਗੱਲ ਤੇ ਨਹੀਂ ਮੈਂ ਕਹਾਂਗਾ ਵੀ ਉਧਰ ਹੀ ਉਹਨਾਂ ਦਾ ਘਾਰ ਹੀ ਉਧਰ ਸੀਗਾ ਉਹਨੇ ਆਉਣਾ ਇੱਧਰੇ ਦਰਿਆ ਤੋਂ ਪਾਰ ਤਿੰਨ ਚੀਜ਼ਾਂ ਲੈ ਕੇ ਵੀ ਆਉਣੀਆਂ ਨੇ ਕਿਸ਼ਤੀ ਵੀ ਖੜੀ ਏ ਤੇ ਲਿਆਉਣੀਆਂ ਵੀ ਇਕੱਠੀਆਂ ਹੀ ਆ ਨਾ ਵਾਰੀ ਵਾਰੀ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਲਿਆਉਣੀ ਏ ਜੇ ਇੱਕ ਵਾਰੀ ਚ ਮੱਝ ਲਿਆਵੇ ਇੱਕ ਵਾਰੀ ਪੱਠੇ ਪੰਡ ਲਿਆਵੇ ਕਿ ਸ਼ੇਰ ਲਿਆਵੇ ਐ ਕਰਕੇ ਇੱਕ ਵਾਰੀ ਚ ਇੱਕ ਚੀਜ਼ ਲਿਆ ਸਕਦਾ ਹੈ ਇੱਕ ਇੱਕ ਚੀਜ਼ ਲਿਆਈ ਸਕਦਾ ਫਿਰ ਉਹ ਕਿਵੇਂ ਲਿਆ ਸਕਦਾਸ ਕਿਸ਼ਤੀ ਜੇ ਤੋਂ ਉਹਦੇ ਕੋਲ ਆ ਕਿਹਨੂੰ ਲਿਓ ਪਹਿਲਾਂ ਪਹਿਲਾਂ ਉਹ ਲਿਆਊਗਾ ਉਹ ਮੱਝ ਨੂੰ ਤਾਂ ਵਿੱਚੇ ਪਾਣੀ ਦੇ ਵਿੱਚ ਉਤਾਰ ਕੇ ਨਾ ਨਾ ਕਿਸ਼ਤੀ 'ਚ ਲਿਆਉਣੀ ਯਾਰ ਫੇਰ ਉਹੀ ਗੱਲਾਂ ਤੇਰੀਆਂ ਯਾਰ ਤੈਨੂੰ ਕਹਾਂ ਵੀ ਕਿਸ਼ਤੀ 'ਚ ਬਿਠਾ ਕੇ ਜੀ ਲਿਆਉਣੀ ਏ ਤੂੰ ਮੱਝ ਨੂੰ ਬਿਠਾਉਗਾ ਪਹਿਲਾਂ ਚੱਲ ਠੀਕ ਹੈ ਮੱਝ ਲੈ ਆ ਠੀਕ ਹੈ ਹੈ ਫੇਰ ਕਾ ਫੇਰ ਕੀ ਲੇਉ ਫੇਰ ਉਹਨੇ ਸ਼ੇਰ ਕੀ ਕਰਨ ਨਾਲ ਲਿਆ ਕੇ ਜਨਮ ਕਾ ਤੈਨੂੰ ਦਿਨੇ ਚ ਲਿਆਉਣੀਆਂ ਨੇ ਯਾਰ ਅੱਛਾ ਹਾਂ ਫੇਰ ਪੱਠੇ ਤੇ ਪੱਠੇ ਲੇਉ ਫੇਰ ਜੇ ਪੱਠੇ ਲੇਉ ਪੱਠੇ ਤਾਂ ਫੇਰ ਮੱਝ ਖਾ ਜੂਗਾ ਕੇ ਜੇ ਪੱਠੇ ਨੂੰ ਪੱਠੇ ਖਾਜੂਗੀ ਹਾਂ ਜੇ ਪੱਠੇ ਛੱਡ ਗਿਆ ਫਿਰ ਮੱਝ ਪੱਠੇ ਖਾਜੂਗੀ ਮਤਲਬ ਇਹ ਛਾ ਠੀਕ ਹੈ ਮੇ ਨੁਕਸਾਨ ਨਹੀਂ ਹੋਣਾ ਕਿ ਚਾਹੀਦਾ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ ਉਹ ਉਹਨਾਂ ਦੋਵਾਂ ਨੂੰ ਇਕੱਠਾ ਛੱਡ ਵੀ ਨਹੀਂ ਸਕਦਾ ਹਾਂ ਜੇ ਉਹ ਛੱਡ ਕੇ ਆਊਗਾ ਤਾਂ ਨੁਕਸਾਨ ਮਗਰ ਵੀ ਹੋਊਗਾ ਹਾਂ ਜਦੋਂ ਮੱਝ ਛੱਡ ਗਿਆ ਤੇ ਹਾਂ ਤੇ ਪੱਠੇ ਖਾਜੂਗੀ ਛੇਰ ਛੱਡ ਗਿਆ ਤੇ ਮੱਝ ਛੱਡ ਗਿਆ ਫਿਰ ਛੇਰ ਮੱਝ ਨੂੰ ਖਾਜੂਗਾ ਹਾਂ ਸੋਨੇ ਪੈ ਗਿਆ ਪਸੂੜ ਤਗੜੀ ਰੁਕੇ ਇੱਕ ਵਾਰ ਜੇ ਇੱਕ ਚੀਜ਼ ਲਿਜਾ ਸਕਦਾ ਇੱਕ ਹੀ ਲਿਆ ਸਕਦਾ ਹੁਣ ਦੱਸ ਵੀ ਕਿਵੇਂ ਸਿਸਟਮ ਹੱਲ ਕਰੂ ਕਿਵੇਂ ਲਿਜਾਵੂਗਾ ਦੱਸ ਹੁਣ ਯਾਰ ਤੂੰ ਪਿੰਡ ਦਾ ਫਿਰ ਹਬ ਤੋਂ ਸਿਆਣਾ ਬੰਦਾ ਹੈ ਕਰੇ ਯਾਰ ਉਲਟਾ ਪੈ ਗਿਆ ਟੈਨਸ਼ਨ ਵਗ ਗਈ ਦਿਮਾਗ ਤੇ ਸਟਾਪ ਹੋ ਕੇ ਠੋਕੇ ਦਾਰੇ ਨਿਕਲੇ ਹੁੰਦੇ ਆਇਆ ਇੱਕ ਬੰਦਾ ਹੋਰ ਆ ਗਿਆ ਦੱਸ ਬਾਈ ਆਹ ਤੇ ਨਾ ਕਰਾ ਦਾਂਗੇ ਜਿਹੜੀ ਆ ਕਿਹੜਾ ਜੱਪ ਬਹਿ ਗਿਆ ਗੱਡੀ पे ਲੈਣੀ ਆ ਆ ਇੱਕ ਬੰਦਾ ਹੋਰ ਆ ਗਿਆ ਵੀ ਇਹ ਕਹਿੰਦਾ ਵੀ ਦੁਬਾਰਾ ਦੱਸੋ ਬਾਤ ਕਿਹੜੀ ਪਾਈ ਹੈ ਬਾਤ ਇਹ ਪਾਈ ਹੈ ਵੀ ਇੱਕ ਬੰਦਾ ਦੇ ਕੋਲ ਤਿੰਨ ਚੀਜ਼ਾਂ ਨੇ ਇੱਕ ਸ਼ੇਰ ਹੈ ਇੱਕ ਮੱਝ ਇੱਕ ਪੱਠੇ ਦੀ ਪਾਂਡੇ ਉਹਨੇ ਦਰਿਆ ਤੋਂ ਪਾਰ ਤਿੰਨ ਚੀਜ਼ਾਂ ਲੈ ਕੇ ਜਾਣੀਆਂ ਨੇ ਬਿਨਾਂ ਨੁਕਸਾਨ ਤੋਂ ਕਿਸ਼ਤੀ ਤੇ ਤੇ ਇੱਕ ਚੀਜ਼ ਇੱਕ ਵਾਰੀ 'ਚ ਇੱਕ ਚੀਜ਼ ਹੀ ਲਿਜਾ ਸਕਦਾ ਹੈ ਇੱਕ ਹੀ ਵਾਪਸ ਲੈ ਕੇ ਆ ਸਕਦਾ ਹੁਣ ਦੱਸੋ ਵੀ ਤਿੰਨ ਚੀਜ਼ਾਂ ਵਾਰੀ-ਵਾਰੀ ਉਹ ਕਿਵੇਂ ਲੈ ਕੇ ਜਾਊਗਾ ਸੇਫਟੀ ਨਾਲ ਦੇ دریاਇ ਸੁੱਕਾ ਹੈ دریاਜ ਪਾਣੀ ਚੱਲਦਾ ਜਦੋਂ ਡਰਾਇਕ ਕਿਸ਼ਤੀ ਗਾਜ ਰੂੜੂ ਕੀ ਫਿਰ ਉਹੀ ਗੱਲਾਂ ਕਰਦਾ ਹੈ دریاਇ ਸੁੱਕਾ ਹੈ ਤੇ ਫਿਰ ਉਹ ਤਾਂ ਪੰਡ ਸਾਰੇ ਡੇਢ ਕੱਲ ਜਾ ਸਕਦਾ ਨਾ ਡੇਢ ਕੇ ਫਿਰ ਤੈਨੂੰ ਮੈਂ ਕਹੀ ਨਾ ਕਿਸ਼ਤੀ ਦੇ ਵਿੱਚ ਜਾਣਾ ਯਾਰ ਪਹਿਲਾਂ ਲੈ ਉਹ ਯਾਰ ਮੱਝ ਠੀਕ ਹੂੰ ਪਹਿਲੇ ਉਹ ਪੰਡ ਪੱਠਿਆਂ ਦੀ ਹੂੰ ਤੇ ਫਿਰ ਉਹਨੇ ਚੰਨ ਪੱਠੇ ਖਾਜੂਗੀ ਮੱਝ ਪੰਡਾ ਛੱਡ ਕੇ ਉੱਤੇ ਨਹੀਂ 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 ਠੀਕ ਆ ਇਹ ਤਰੀਕਾ ਨਹੀਂ ਵਾਹਿਗੁਰੂ ਸ਼ੇਰ ਨਹੀਂ 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 ਲੈ ਜੂ ਘਰੇ ਵੇਦਾ ਇਹਦਾ ਫਿਰ ਉਹ ਜਵਾਕਾਂ ਵਾਲੀ ਗੱਲ ਕੀਤੀ ਤੁਸੀਂ ਨਾ ਨਾ ਰਖਵਾ ਦੂਗਾ ਮੱਝ ਨੂੰ ਹੋਰ ਕੀ ਹੈ ਕਿ ਬਿਨਾਂ ਨੁਕਸਾਨ ਤੋਂ ਕੋਈ ਕੋਈ ਚੀਜ਼ ਨਾ ਹਿੜਛਿੜਛਾਣ ਨਹੀਂ ਕਰਨੀ ਬਸ ਪੰਡਿਤਾ ਪੱਠੇ ਨੇ ਵੱਜੀ ਹੋਗੀ ਉਹ ਕਿਤੋਂ ਖਾ ਲੂਗੀ ਇਹ ਵੀ ਗੱਲ ਨਹੀਂ ਇਹ ਸੋਣੀ ਤੂੰ ਬਿਨਾਂ ਲਾਜਿਕ ਤੋਂ ਕੋਈ ਲਾਜਿਕ ਦੀ ਗੱਲ ਕਰਸੈਂ ਐਂ ਤਾਂ ਉਹ ਬਿਨਾਂ ਤੀਰ ਤੋਂ ਗੱਲਛਾਨੇ ਮਾਰੀ ਜਾਂਦਾ ਹੈ ਉਧਰੋਂ ਪਣਕ ਕਣਕ ਵੀ ਪੱਕ ਗਈ ਉਧਰ ਟੈਨਸ਼ਨ ਦਿਮਾਗ ਤੇ ਆ ਪੈ ਗਈ ਹੈ ਕਿ ਨਹੀਂ ਵੀ ਆ ਕੀ ਬਣ ਗਿਆ ਦੇ ਜਵਾਬ ਉਹ ਦਾਣੇ ਦਾਣਾ ਖਾਈ ਜਾਣਾ ਬੋਲਾ ਪਹਿਲਾਂ ਲੈ ਉਸੇ ਰ ਠੀਕ ਹੈ ਠੀਕ ਹੈ ਬਾਹਰ ਲੱਗੇ ਪੱਠੇ ਠੀਕ ਹੈ ਛੇਰ ਨਾਲ ਪੱਠੇ ਕੋਲ ਨਾ ਲੈਣ ਦੇ ਮੈਂ ਮੱਝ ਲੈ ਆ ਉਹ ਅੱਜ ਘਰੇ ਜਾਂਦੇ ਰਹਿਣਗੇ ਕਿਵੇਂ ਤੇ ਜਿਹੜੇ ਲਿਆਉਣੀਆਂ ਨੇ ਹੂੰ ਠੀਕ ਹੈ ਪਹਿਲਾਂ ਕਿਹਨੂੰ ਲੈ ਕੇ ਆਊਗਾ ਉਹ ਛੇਰ ਨੂੰ ਕਿਵੇਂ ਛੇਰ ਲੈ ਕੇ ਆ ਤੇ ਪਿਛੇ ਮੱਝ ਪੱਠੇ ਘਾਜੂਗੀ ਮਾਜ ਬੰਨੀ ਹੋਗੀ ਤੇਰੀ ਕਹਿੰਦੇ ਜਿਹੜਾ ਸ਼ੀਰ ਆਊਗਾ ਮੈਂ ਪਿਛੇ ਮੱਜ ਪੱਠੇ ਜਾਊਗੀ ਨਹੀਂ ਆ ਰਹੇ ਨਹੀਂ ਸਾਹਮਣੇ ਕੀ ਲੈ ਚੰਦਾ ਮੈਨੂੰ ਹੁੰਦਾ ਥੋੜਾ ਨੂਕੀ ਪਰ ਹਲ ਮੋਣੀ ਥੋੜੀ ਥੋੜੀ ਤਾ ਤੂੰ ਦੱਸਿਆ ਹੈ ਬੋਲ ਤੂੰ ਦੱਸ ਮੈਂ ਦੱਸਾਂ ਹਾਂ ਪਹਿਲਾ ਵਾਲਾ ਆਊਗਾ ਮੱਜ ਨੂੰ ਹੂੰ ਫੇਰ ਉਹ ਲੈਣ ਜਾਊਗਾ ਪੱਠੇ ਹੂੰ ਜਦੋਂ ਪੱਠੇ ਲੈ ਕੇ ਆਊਗਾ ਉਹ ਮੱਜ ਜਿਹੜਾ ਕੇ ਵਾਪਸ ਲੈ ਜਾਊਗਾ ਮੱਝ ਛੱਡੋ ਕੋ ਉੱਥੇ ਤੇ ਛੇਰ ਲੈਊਗਾ ਛੇਰ ਮੱਝ ਪੱਠੇ ਕੋਲ ਛੱਡ ਗਿਆ ਪਿੱਛੇ ਛੇਰ ਮੱਝ ਲੈਊਗਾ ਆਗੇ ਮਾਰ ਵੀ ਤੇ ਨਿਕ ਨਹੀਂ ਆਗੇ ਤੈਨੂੰ ਮੈਂ ਬਾਤ ਦੇ ਵਿੱਚ ਪਹਿਲਾਂ ਕਿਹਾ ਸੀ ਵੀ ਇੱਕ ਵਾਰ ਚ ਇੱਕ ਚੀਜ਼ ਹੀ ਲਿਜਾ ਸਕਦਾ ਹੈ ਇੱਕ ਹੀ ਵਾਪਸ ਲਿਆ ਸਕਦਾ ਹੈ ਕਹੀ ਸੀ ਨਾ ਗੱਲ ਹੂੰ ਪਹਿਲਾਂ ਮੱਝ ਲੈ ਆ ਫਿਰ ਮੱਝ ਛੱਡ ਗਿਆ ਮੱਝ ਮੱਝ ਲੈ ਕੇ ਆਇਆ ਪਹਿਲਾਂ ਹਾਂ ਫਿਰ ਉਹ ਪੱਠੇ ਇੱਥੇ ਮੱਝ ਛੱਡ ਗਿਆ ਹਾਂ ਫਿਰ ਪੱਠੇ ਦੀ ਪੰਡ ਲੈ ਚਲਾ ਗਿਆ ਉਹ ਛੇਰ ਕੋਲ ਪੱਠਿਆਂ ਦੀ ਪੰਡ ਛੱਡ ਆਇਆ ਹਾਂ ਇਹ ਵਾਸਾ ਗਿਆ ਫਿਰ ਹਾਂ ਪੱਠਿਆਂ ਦੀ ਪੰਡ ਲੈਣ ਹਾਂ ਉਹਨੂੰ ਲੈ ਆਇਆ ਪੱਠੇ ਪੰਡ ਰੱਖਤੀ ਤੇ ਮੱਝ ਫੇਰ ਵਾਪਸ ਚੜਾ ਲਈ ਉਹਨੇ ਮੱਝ ਪੱਠੇ ਨਹੀਂ ਪੜ ਰੱਖਤੀ ਤੇ ਮੱਝ ਚੜਾ ਲਈ ਫੇਰ ਵਾਪਸ ਹਾਂ ਮੱਝ ਛੱਡਤੀ ਛੇਰ ਚੱਕ ਲਿਆ ਫੇਰ ਛੇਰ ਚੱਕ ਲਿਆ ਛੇਰ ਛੜ ਕੇ ਪੱਠਿਆਂ ਕੋਲੇ ਛੇਰ ਪੱਠੇ ਖਾਣ ਵੜਾ ਲੱਗਾ ਹਣਾ ਤੇ ਫੇਰ ਗਿਆ ਜਦੋਂ ਖਾਲੀ ਤੇ ਮੱਝ ਚੁੱਕ ਲਿਆ ਆਗੇ ਤੰਨੇ ਵਾਰ ਕਿ ਨਹੀਂ ਲੱਗੀ ਸਮਝ ਹਮ ਠੀਕ ਹੈ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਅਸੀਂ ਵੀਡੀਓ ਸਿਰਫ ਤੁਹਾਡੇ ਮਨੋਰੰਜਨ ਲਈ ਤੁਹਾਡੇ ਐਂਟਰਟੇਨਮੈਂਟ ਲਈ ਬਣਾਉਂਦੇ ਆ ਜਿਹੜੇ ਭਰਾਵਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੋਵੇ ਬਾਈ ਸ਼ੇਅਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ